स्वागत है किसान वीरों तुहाडा यूट्यूब चैनल सिद्ध कडेरी फार्मिंग दे विच। किसान वीरों अज जिहड़ी वीडियो बना रहे हैं पिंड कौंके कलां, इस पिंड नूं तहसील जगराऊं पैंदी है ते जिला लुधियाना है। दोस्तों इस पिंड नूं जदों आउणा होवे तां मोगे तों लुधियाना जिहड़ा मेन रोड है उत्थों इक रोड जिहड़ा गुरद्वारा नानकसर साहब नूं आउंदा है तो रोड अगे सीधा जिहड़ा कौंके कलां पिंड दे विच आ जांदा है। नेड़े दे मशहूर पिंड जिहड़े दौदर डांगियां इदां दे पिंड है। कौंके कलां अपने आप च वी मशहूर पिंड है क्योंकि इह पंजाब दे जिहड़े चंगे जां वड्डे पिंडां दे विचों गिणिया जांदा है। सो इस पिंड दे विच दोस्तों बाई जी होरां ने पहला घरे पशु रखे सी, नाल सूर भी इन्होंने रखे हुए सी। पहला वीडियो बनाई सी आपां, एक दो होर चैनलों उत्ते भी इन्हां दी वीडियो आई है ते उस तों बाद च इन्होंने वपार दा काम भी नाल शुरू कीता होया। सो अज दोस्तों जिहड़ी वीडियो बना रहे हैं उहदे च सामने जिहड़ी तुसीं गां देख रहे हैं इह ताजी सूई हुई गां दोस्तों, इह बाई जी होरां ने जिहड़ी वेचनी है, वपार दा इन्हां दा काम है। बच्चा जिहड़ा तुसीं इत्थे बैठा देख सकदे हैं, बच्चा इहने दित्ता होया। डिटेल सारी इस गां बारे आपां बाई जी होरां तों पुछांगे। दोस्तों वीडियो नूं अगे शुरू करिए तो पहला बेनती है जिन्हां ने इस चैनल नूं अजे तक सबसक्राइब नहीं किया वो चैनल नूं जरूर सबसक्राइब कर लो ते नाल बैल आइकॉन भी प्रेस कर दो जे ताकि जिहड़ी मैं नवीं वीडियो अपलोड करा उहदा नोटिफिकेशन तुहानूं मिल सके। आओ बाई जी नाल गल्लबात करदे। ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ ਜੀ। ਬਾਈ ਜੀ ਨਾਮ ਦੱਸਿਓ ਆਪਣਾ ਕੀ ਹੈ? ਨਾਮ ਬੂਟਾ ਸਿੰਘ ਹੈ ਜੀ। ਬੂਟਾ ਸਿੰਘ ਤੇ ਫਿਰ ਆਪਾਂ ਪਹਿਲਾਂ ਜਿਹੜੀ ਵੀਡੀਓ ਬਣਾਈ ਸੀ ਉਹਦੇ ਚ ਤਾਂ ਘਰ ਦੇ ਪਸ਼ੂ ਆਪਾਂ ਦੱਸੇ ਸੀ। ਹਾਂਜੀ ਘਰ ਦੇ। ਤੇ ਵਪਾਰ ਦਾ ਕੰਮ ਫਿਰ ਹੁਣ ਉਦੋਂ ਬਾਅਦ ਸ਼ੁਰੂ ਕੀਤਾ? ਸਟਾਰਟ ਕੀਤਾ ਜੀ ਹੁਣ। ਠੀਕ ਹੈ। ਤੇ ਕਿੰਨੇ ਕੁ ਪਸ਼ੂ ਲੈ ਆਉਣੇ ਹੁਣ ਫਿਰ ਰੂਟੀਨ? ਦੋ ਤਿੰਨ ਲੈ ਆਉਣੇ ਰੂਟੀਨ ਚ। ਰੂਟੀਨ ਚ ਠੀਕ ਹੈ। ਤੇ ਅੱਜ ਜਿਹੜੀ ਇਹ ਆਪਾਂ ਗਾਂ ਦੀ ਵੀਡੀਓ ਬਣਾ ਰਹੇ ਹਾਂ ਬਾਈ ਜੀ, ਇਹ 91 ਸੂਏ ਸੂਈ ਹੈ? ਇਹ ਤੀਜੇ ਸੂਏ ਸੂਈ ਹੈ। ਤੀਜੇ ਸੂਏ ਸੂਈ ਹੈ ਤੇ ਕਿੰਨੇ ਦਿਨਾਂ ਦੀ ਸੂਈ ਹੋ ਗਈ ਅੱਜ? ਇਹ 14 ਦਿਨਾਂ ਦੀ ਸੂਈ ਹੈ ਜੀ। 14 ਦਿਨਾਂ ਦੀ ਸੂਈ ਤੇ ਬੋਲਾ ਕਿੰਨਾ ਇਸ ਟਾਈਮ? ਬੋਲਾ 11 ਕਿਲੋ ਜੀ। 11 ਕਿਲੋ ਬੋਲਾ ਹੈਗਾ। ਅੰਦਾਜ਼ਾ ਤੁਹਾਡੇ ਹਿਸਾਬ ਨਾਲ ਦੁੱਧ ਕਿੰਨਾ ਕਰਜੂ? 15 ਕਿਲੋ ਕਰਜੂ। 15 ਕਿਲੋ ਕਰਜੂ। ਇੱਕ ਜਿਹੜਾ ਗਾਂਆਂ ਜਿਹੜੀਆਂ ਇਹ HF ਜਾਂ ਕ੍ਰੋਸ HF ਆ ਜਾਂਦੀਆਂ ਇਹਨਾਂ ਦੇ ਜਿਹੜੇ ਸਿੰਗ ਜਦੋਂ ਹੁੰਦੇ ਆ ਤਾਂ ਉਦੋਂ ਕਈ ਵੀ ਡਰਦੇ ਰਹਿੰਦੇ ਆ, ਇਹ ਜ਼ਰੂਰ ਦੱਸ ਦਿਓ ਵੀ ਠੰਡੀ ਸੀਲ ਹੈ? ਠੰਡੀ ਸੀਲ ਪੂਰੀ ਹੈ ਵੀਰ ਜੀ। ਜਾਨੀ ਚਵਾਈ ਕੋਈ ਵੀ ਵੀਰ ਦੋ ਤਿੰਨ ਟਾਈਮ ਟਾਈਮ ਹੋ ਸਕਦਾ ਵੀ ਜੀ ਪਲਾ 10 ਜਣੇ ਬਹਿ ਕੇ ਚੋਲਣ ਵਾਲੇ। ਠੀਕ ਹੈ। ਤੇ ਰੇਟ ਇਹਦਾ ਦੱਸਿਓ ਕੀ ਕਰਦੇ? ਰੇਟ ਇਹਦਾ ਬਾਈ 36000 ਰੁਪਇਆ। 36000 ਰੁਪਇਆ ਜੇ ਰੇਟ ਦੇ ਵਿੱਚੋਂ ਕੋਈ ਥੋੜਾ ਬਹੁਤ ਆਪਾਂ ਮਾਨਤਾਨ ਕਰਾਂਗੇ। ਠੀਕ ਹੈ, ਖੋਲੋ ਇਹਨੂੰ। ਦੋਸਤੋ ਗਾਂ ਦੇ ਥਣ ਬਹੁਤ ਸੋਹਣੇ ਆ, ਤੁਸੀਂ ਦੇਖ ਸਕਦੇ ਆ, ਸਿੰਗ ਜ਼ਰੂਰ ਹੈਗੇ ਉਹ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲੈਣੇ ਆ ਦੋਸਤੋ, ਕੋਈ ਲੁਕੋ ਵਾਲੀ ਗੱਲ ਨਹੀਂ ਗੀ। ਹਵਾਨਾ ਇਹਦਾ ਬਹੁਤ ਸੋਹਣਾ, ਮਿਲਕਿੰਗ ਹਜੇ ਹੋਣੀ ਹੈ ਕਿਉਂਕਿ ਮੈਂ ਪਹਿਲਾਂ ਹੀ ਦੱਸ ਦਿੰਦਾ ਜਿਹੜੀ ਸੁਬਾਹ ਦੀ ਵੀਡੀਓ ਬਣਾਉਣਾ ਦੋਸਤੋ ਉਹਦੇ 'ਚ ਪਸ਼ੂ ਜਿਹੜਾ ਉਹ ਚੋਣ ਤੋਂ ਪਹਿਲਾਂ ਦੀ ਬਣਾਈ ਜਾਂਦੀ ਹੈ। ਸੋਹਣੇ ਥਣ ਲੇਵੇ ਦੀ ਆ, ਹਵਾਨਾ ਸੋਹਣਾ ਦੋਸਤੋ, ਰੇਟ ਵੀ ਬਾਈ ਜੀ ਹੋਰਾਂ ਨੇ ਠੀਕ ਕੀਤਾ। ਜੇ ਕਿਸੇ ਵੀਰ ਨੇ ਘਰੇ ਗਾਂ ਰੱਖਣੀ ਹੈ ਥੋੜ੍ਹਾ ਬਹੁਤਾ ਟਾਈਮ ਦੁੱਧ ਪੀਣ ਵਾਸਤੇ, ਜਾਂ ਕਈ ਵੀਰ ਪੈਸੇ ਆਪਾਂ ਘੱਟ ਲਾਉਣੇ ਹੁੰਦੇ ਹਾਂ ਤਾਂ ਤੁਹਾਨੂੰ ਉਸ ਹਿਸਾਬ 'ਤੇ ਜਿਹੜਾ ਇਹ ਗਾਂ ਵਧੀਆ ਰਹੂਗੀ ਦੋਸਤੋ। ਬਾਕੀ ਤਸੱਲੀ ਤੁਸੀਂ ਆਪ ਕਰ ਲੈਣੀ ਹੈ ਕਿਉਂਕਿ ਬਾਈ ਜੀ ਹੋਰਾਂ ਨੇ ਦੱਸਿਆ ਵੀ ਠੰਡੀ ਸੀਲ ਹੈ, ਜਿੰਨਾ ਦੁੱਧ ਦੱਸਿਆ ਕਿਉਂਕਿ ਸੂਈ ਸਵਾਈ ਗਾਂ ਤਾਂ ਤੁਸੀਂ ਚੋ ਕੇ ਦੇਖ ਲੈਣਾ। ਥਣ ਜਿਹੜੇ ਆ ਦੋਸਤੋ ਦੇਖ ਸਕਦੇ ਆ ਬਹੁਤ ਜ਼ਿਆਦਾ ਸੋਹਣੇ ਲੱਗੇ ਹੋਏ। ਬਾਕੀ ਦੁੱਧ ਇਹ ਇਹਨੂੰ 15 ਕਿਲੋ ਆਰਾਮ ਨਾਲ ਦੇ ਦੇਣਾ ਚਾਹੀਦਾ ਦੋਸਤੋ, ਕਿਉਂਕਿ 4 ਦਿਨਾਂ ਦੀ ਸੂਈ ਥੱਲੇ 11 ਕਿਲੋ ਬੋਲਾ ਇਸ ਟਾਈਮ ਹੈਗਾ। ਹਵਾਨਾ ਤੁਸੀਂ ਦੇਖ ਸਕਦੇ ਆ ਪਿੱਛੋਂ ਵੀ ਚੰਗਾ, ਸੋਹਣੀ ਗਾਂ ਦੋਸਤੋ ਰੇਟ ਦੇ ਹਿਸਾਬ 'ਤੇ। ਬਾਕੀ ਜੇ ਵੀਰ ਦੇ ਕਿਸੇ ਦੇ ਪਸੰਦ ਆਉਂਦੀ ਹੈ ਸੌਦਾ ਉਹਨੇ ਆਪ ਕਰਨਾ, ਤਸੱਲੀ ਹਰੇਕ ਵੀਡੀਓ 'ਚ ਦੋਸਤੋ ਮੈਂ ਗੱਲ ਕਰ ਦਿੰਦਾ ਤੁਸੀਂ ਆਪ ਕਰਨੀ ਹੈ। ਬਾਕੀ ਇੱਕ ਬੇਨਤੀ ਇਸ ਵੀਡੀਓ 'ਚ ਫੇਰ ਕਰ ਦਿੰਦਾ ਵੀ ਪਸ਼ੂ ਦੋਸਤੋ ਜਿਹਨੇ ਵੇਚਣਾ ਹਮੇਸ਼ਾ ਨਕਦ ਵੇਚਣ ਦੀ ਕੋਸ਼ਿਸ਼ ਕਰੋ, ਧਾਰ ਵੇਚ ਕੇ ਜਾਂ ਕਿਸੇ ਤੁਸੀਂ ਛੱਡਣ ਚਲੇ ਜਾਂਦੇ ਆ ਤਾਂ ਉਦੋਂ ਬਾਅਦ 'ਚ ਅਗਲਾ ਤੁਹਾਡੇ ਤੋਂ ਪਸ਼ੂ ਵੀ ਲਵਾ ਲੈਂਦਾ ਅਤੇ ਨਕਦ ਦੀ ਥਾਂ 'ਤੇ ਤੁਹਾਨੂੰ ਚੈੱਕ ਦੇ ਦਿੰਦਾ, ਜਿਹੜੇ ਬਹੁਤ ਥਾਵਾਂ 'ਤੇ ਬੌਂਸ ਹੋ ਰਹੇ ਆ। ਇੱਕ ਦੋ ਠੱਗੀਆਂ ਉਦੋਂ ਬਾਅਦ 'ਚ ਵੀ ਪਤਾ ਲੱਗੀਆਂ ਵੀ ਹੋਰ ਵੀਰਾਂ ਨਾਲ ਵੀ ਵੱਜੀਆਂ। ਸੋ ਇਹਨਾਂ ਗੱਲਾਂ ਦਾ ਦੋਸਤੋ ਜ਼ਰੂਰ ਧਿਆਨ ਰੱਖੋ, ਆਪਦੇ ਘਰੋਂ ਪਸ਼ੂ ਨਕਦ ਪੈਸੇ ਗਿਣ ਕੇ ਫੇਰ ਹੀ ਕਿੱਲੇ ਤੋਂ ਖਿਲਾਓ। ਧੰਨਵਾਦ ਦੋਸਤੋ ਵੀਡੀਓ ਦੇਖਣ ਲਈ।